ਤਸਵੀਰਾਂ ਦੇਖ ਲਈਆਂ ਤੇ ਅੰਦਾਜ਼ਾ ਲਗਾਓ ਕਿ ਆਖਿਰਕਾਰ ਇਹ ਔਰਤਾਂ ਅਤੇ ਵਿੱਚ ਇਹਨਾਂ ਦੇ ਇੱਕ ਮੁੰਡਾ ਲੜ ਕਿਉਂ ਰਹੇ ਆ। ਬਹੁਤ ਹੀ ਮਾਮੂਲੀ ਜੀ ਗੱਲ ਲੈ ਕੇ ਆਹ ਦੇਖੋ ਕਿਵੇਂ ਗੁਆਂਢੀ ਲੜ ਰਹੇ ਆ, ਦੋ ਪਰਿਵਾਰ ਆਪਸ ਦੇ ਵਿੱਚ ਗੁੱਥਮ ਗੁੱਥੀ ਹੋ ਰਹੇ ਆ। ਜੇ ਤੁਸੀਂ ਅੰਦਾਜ਼ਾ ਨਹੀਂ ਲਾ ਸਕੇ ਤਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਪਰਿਵਾਰ ਦੋ ਆਪਸ ਦੇ ਵਿੱਚ ਇਸ ਕਰਕੇ ਲੜ ਰਹੇ ਆ ਕਿਉਂਕਿ ਇੱਕ ਪਰਿਵਾਰ ਦੇ ਵੱਲੋਂ ਆਪਣੇ ਗੁਆਂਢੀਆਂ ਦੇ ਨਾਲ ਬੋਲਚਾਲ ਨਹੀਂ ਕੀਤੀ ਜਾਂਦੀ ਸੀ, ਨਾ ਹੀ ਘਰ ਆਉਣਾ ਜਾਣਾ ਸੀ ਅਤੇ ਨਾ ਹੀ ਰਾਮ ਰਾਮ ਦੁਆ ਰਾਮ, ਬੋਲਚਾਲ ਬਿਲਕੁਲ ਬੰਦ ਸੀ। ਪਰ ਜਦ ਗੁਆਂਢੀਆਂ ਦੇ ਘਰ ਰਿਸ਼ਤੇਦਾਰ ਆਉਂਦੇ ਸੀ ਤਾਂ ਉਹੀ ਪਰਿਵਾਰ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਵੀ ਕਰਦਾ ਸੀ, ਉਹਨਾਂ ਨੂੰ ਖਵਾਉਂਦਾ ਪਿਆਉਂਦਾ ਸੀ ਅਤੇ ਚੰਗੀ ਤਰੀਕੇ ਦੇ ਨਾਲ ਉਹਨਾਂ ਦੀ ਸੇਵਾ ਕਰਦਾ ਸੀ। ਬਸ ਇਸੇ ਗੱਲ ਨੂੰ ਲੈ ਕੇ ਗੁਆਂਢੀ ਸੜ ਗਏ ਅਤੇ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਤਾਂ ਬੁਲਾਉਂਦੇ ਨਹੀਂ ਅਤੇ ਸਾਡੇ ਰਿਸ਼ਤੇਦਾਰਾਂ ਨੂੰ ਜੱਫੀਆਂ ਪਾਉਂਦੇ ਹੋ, ਇਹ ਗੱਲ ਬਿਲਕੁਲ ਠੀਕ ਨਹੀਂ। ਬਸ ਇਸੇ ਗੱਲ ਨੂੰ ਲੈ ਕੇ ਦੋਨੇ ਪਰਿਵਾਰ ਆਪਸ ਦੇ ਵਿੱਚ ਲੜਨ ਲੱਗ ਪਏ, ਜਿਨ੍ਹਾਂ ਦੇ ਵਿੱਚ ਤੁਸੀਂ ਕੁਝ ਬੱਚਿਆਂ ਨੂੰ ਵੀ ਦੇਖ ਰਹੇ ਹੋਵੋਗੇ, ਕੁਝ ਨਾਬਾਲਗ ਕੁੜੀਆਂ ਨੂੰ ਵੀ ਦੇਖ ਰਹੇ ਹੋਵੋਗੇ, ਇੱਕ ਦੂਜੇ ਦੇ ਵਾਲ ਪੱਟ ਰਹੇ ਨੇ। ਇਹ ਦੋਨੇ ਪਰਿਵਾਰ ਆਪਸ ਦੇ ਵਿੱਚ ਲੜ ਰਹੇ ਨੇ, ਹਾਲਾਂਕਿ ਦੋਵੇਂ ਪਰਿਵਾਰਾਂ ਦੇ ਜਿਹੜੇ ਮਰਦ ਨੇ ਉਹ ਨਹੀਂ ਹਨ, ਇੱਕ ਮੁੰਡਾ ਏ, ਉਹ ਵੀ ਨਾਬਾਲਗ ਜਾਪ ਰਿਹਾ ਏ। ਉਸਦੇ ਵੱਲੋਂ ਦੇਖੋ ਕਿਵੇਂ ਇੱਕ ਔਰਤ ਨੂੰ ਚੁੱਕ ਕੇ ਮਾਰਿਆ ਗਿਆ। ਤਾਂ ਤਸਵੀਰਾਂ ਲੁਧਿਆਣਾ ਦੇ ਡਾਬਾ ਇਲਾਕੇ ਦੀਆਂ ਜਿੱਥੇ ਗੁਆਂਢੀਆਂ ਨੇ ਮਹਿਲਾ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਿਆ ਏ। ਉਹਨਾਂ ਦਾ ਕਹਿਣਾ ਸੀ ਕਿ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਹੋ ਸਾਡੇ ਪਰ ਸਾਨੂੰ ਨਹੀਂ ਬੁਲਾਉਂਦੇ। ਬਸ ਇਸੇ ਗੱਲ ਨੂੰ ਲੈ ਕੇ ਇਹ ਲੜਾਈ ਹੋਈ ਅਤੇ ਹੁਣ ਪੀੜਿਤ ਮਹਿਲਾ ਨੇ ਕਾਰਵਾਈ ਦੀ ਮੰਗ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਤੱਕ ਮਾਮਲਾ ਦਰਜ ਕਰ। ਉਹਨਾਂ ਚਿਰ ਦੇਖੋ ਇਹ ਤਸਵੀਰਾਂ ਜੋ ਲੁਧਿਆਣਾ ਦੇ ਡਾਬਾ ਇਲਾਕੇ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਗੁਆਂਢੀਆਂ ਦੀ ਝੜਪ ਹੋਈ ਹੈ। ਮੈਂ ਸ਼ਾਮ ਕੋ 7:30 ਵਜੇ ਕਾਮ ਪਰ ਸੇ ਆਈ, ਇਹਨੇ ਮੁਝੇ ਘਰ ਮੇ ਸੇ ਨਿਕਾਲ ਕੇ ਮਾਰੇ ਹੈ। ਕਹਾਂ ਕਾ ਮਾਮਲਾ ਹੈ? ਲਹਰਾਂ ਜੀ ਕੇ ਨਗਰ ਕੇ। ਤੋ ਚੌਂਕੀ ਗਏ ਆਪ? ਹਾਂ ਜੀ, ਢਾਬਾ ਥਾਣੇ ਗਏ ਥੇ। ਕਿਆ ਕਰੀਏ ਪੁਲਿਸ? ਮੈਂ ਕੁਛ ਵੀ ਨਹੀਂ ਕੀਆ। ਅਗਨਾਸਨਾ ਸਰ ਨੇ ਮੇਰੀ ਐਪਲੀਕੇਸ਼ਨ ਲਿਖੇ, ਕਹਤੇ ਕੱਲ ਆਣਾ, ਪਰਸੋਂ ਆਣਾ, ਹਮ 3-4 ਦਿਨ ਲਗਾਤਾਰ ਗਏ, ਕੁਛ ਸੁਣਵਾਈ ਨਹੀਂ ਕੀ। ਤੋ ਕਾਰਵਾਈ ਹੋਈ ਅਭੀ ਤੱਕ ਕੁਛ? ਨਹੀਂ ਜੀ, ਐਸਪੀ ਸਰ ਨੇ ਵੀ ਫੋਨ ਕੀਆ, ਕੋਈ ਕਾਰਵਾਈ ਨਹੀਂ ਹੋਈ। ਕਿਆ ਚਾਹਤੇ ਹੈ ਆਪ? ਹਮ ਚਾਹਤੇ ਹੈ ਇਨਸਾਫ ਮਿਲੇ ਸਰ। ਕੈਸੇ ਮਿਲੇ ਇਨਸਾਫ? ਇਨਸਾਫ ਜੋ ਨਾ ਢਾਬੇ ਥਾਣੇ ਵਾਲੇ ਕੋਈ ਸੁਣਵਾਈ ਨਹੀਂ ਕਰੇ, ਇਨਸਾਫ ਕੈਸੇ ਮਿਲੇਗੀ? 3 ਲੋਗੋਂ ਨੇ ਹਮੇ ਮਿਲ ਕੇ ਮਾਰਾ ਹੈ। ਕਿਨ ਕਿਨ ਲੋਗੋਂ ਨੇ ਮਾਰਾ? ਰਾਹੁਲ ਮਹਿਤਾ ਨੇ, ਉਨਕੀ ਮੰਮੀ, ਉਨਕੀ ਬਹਿਨ ਨੇ। ਹਮਾਰੇ ਪਾਸ ਵੀਡੀਓ ਵੀ ਪੜੀ, ਹਮਨੇ ਐਸਪੀ ਸਰ ਕੋ ਦਿਖਾਇਆ ਵੀ, ਐਸਪੀ ਸਰ ਨੇ ਫੋਨ ਵੀ ਕੀਏ, ਇਹ ਲੋਕ ਕਹਤੇ ਮੇਰੇ ਪਾਸ ਕੋਈ ਕੋਲ ਨਹੀਂ ਆਈ। ਤਸਵੀਰਾਂ ਦੇਖ ਲਈਆਂ ਤੇ ਅੰਦਾਜ਼ਾ ਲਗਾਓ ਕਿ ਆਖਿਰਕਾਰ ਇਹ ਔਰਤਾਂ ਅਤੇ ਵਿੱਚ ਇਹਨਾਂ ਦੇ ਇੱਕ ਮੁੰਡਾ ਲੜ ਕਿਉਂ ਰਹੇ ਆ। ਬਹੁਤ ਹੀ ਮਾਮੂਲੀ ਜੀ ਗੱਲ ਲੈ ਕੇ ਆਹ ਦੇਖੋ ਕਿਵੇਂ ਗੁਆਂਢੀ ਲੜ ਰਹੇ ਆ, ਦੋ ਪਰਿਵਾਰ ਆਪਸ ਦੇ ਵਿੱਚ ਗੁੱਥਮ ਗੁੱਥੀ ਹੋ ਰਹੇ ਆ। ਜੇ ਤੁਸੀਂ ਅੰਦਾਜ਼ਾ ਨਹੀਂ ਲਾ ਸਕੇ ਤਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਪਰਿਵਾਰ ਦੋ ਆਪਸ ਦੇ ਵਿੱਚ ਇਸ ਕਰਕੇ ਲੜ ਰਹੇ ਆ ਕਿਉਂਕਿ ਇੱਕ ਪਰਿਵਾਰ ਦੇ ਵੱਲੋਂ ਆਪਣੇ ਗੁਆਂਢੀਆਂ ਦੇ ਨਾਲ ਬੋਲਚਾਲ ਨਹੀਂ ਕੀਤੀ ਜਾਂਦੀ ਸੀ, ਨਾ ਹੀ ਘਰ ਆਉਣਾ ਜਾਣਾ ਸੀ ਅਤੇ ਨਾ ਹੀ ਰਾਮ ਰਾਮ ਦੁਆ ਰਾਮ, ਬੋਲਚਾਲ ਬਿਲਕੁਲ ਬੰਦ ਸੀ। ਪਰ ਜਦ ਗੁਆਂਢੀਆਂ ਦੇ ਘਰ ਰਿਸ਼ਤੇਦਾਰ ਆਉਂਦੇ ਸੀ ਤਾਂ ਉਹੀ ਪਰਿਵਾਰ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਵੀ ਕਰਦਾ ਸੀ, ਉਹਨਾਂ ਨੂੰ ਖਵਾਉਂਦਾ ਪਿਆਉਂਦਾ ਸੀ
ਅਤੇ ਚੰਗੀ ਤਰੀਕੇ ਦੇ ਨਾਲ ਉਹਨਾਂ ਦੀ ਸੇਵਾ ਕਰਦਾ ਸੀ। ਬਸ ਇਸੇ ਗੱਲ ਨੂੰ ਲੈ ਕੇ ਗੁਆਂਢੀ ਸੜ ਗਏ ਅਤੇ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਤਾਂ ਬੁਲਾਉਂਦੇ ਨਹੀਂ ਤੇ ਸਾਡੇ ਰਿਸ਼ਤੇਦਾਰਾਂ ਨੂੰ ਜੱਫੀਆਂ ਪਾਉਂਦੇ ਹੋ। ਇਹ ਗੱਲ ਬਿਲਕੁਲ ਠੀਕ ਨਹੀਂ। ਬਸ ਇਸੇ ਗੱਲ ਨੂੰ ਲੈ ਕੇ ਦੋਨੇ ਪਰਿਵਾਰ ਆਪਸ ਦੇ ਵਿੱਚ ਲੜਨ ਲੱਗ ਪਏ, ਜਿਨ੍ਹਾਂ ਦੇ ਵਿੱਚ ਤੁਸੀਂ ਕੁਝ ਬੱਚਿਆਂ ਨੂੰ ਵੀ ਦੇਖ ਰਹੇ ਹੋਵੋਗੇ, ਕੁਝ ਨਾਬਾਲਗ ਕੁੜੀਆਂ ਨੂੰ ਵੀ ਦੇਖ ਰਹੇ ਹੋਵੋਗੇ, ਇੱਕ ਦੂਜੇ ਦੇ ਵਾਲ ਪੱਟ ਰਹੇ ਨੇ। ਇਹ ਦੋਨੇ ਪਰਿਵਾਰ ਆਪਸ ਦੇ ਵਿੱਚ ਲੜ ਰਹੇ ਨੇ। ਹਾਲਾਂਕਿ ਦੋਵੇਂ ਪਰਿਵਾਰਾਂ ਦੇ ਜਿਹੜੇ ਮਰਦ ਨੇ ਉਹ ਨਹੀਂ ਹਨ, ਇੱਕ ਮੁੰਡਾ ਏ, ਉਹ ਵੀ ਨਾਬਾਲਗ ਜਾਪ ਰਿਹਾ ਏ। ਉਸਦੇ ਵੱਲੋਂ ਦੇਖੋ ਕਿਵੇਂ ਇੱਕ ਔਰਤ ਨੂੰ ਚੁੱਕ ਕੇ ਮਾਰਿਆ ਗਿਆ। ਤਾਂ ਤਸਵੀਰਾਂ ਲੁਧਿਆਣਾ ਦੇ ਡਾਬਾ ਇਲਾਕੇ ਦੀਆਂ, ਜਿੱਥੇ ਗੁਆਂਢੀਆਂ ਨੇ ਮਹਿਲਾ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਿਆ ਏ। ਉਹਨਾਂ ਦਾ ਕਹਿਣਾ ਸੀ ਕਿ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਹੋ ਸਾਡੇ, ਪਰ ਸਾਨੂੰ ਨਹੀਂ ਬੁਲਾਉਂਦੇ। ਬਸ ਇਸੇ ਗੱਲ ਨੂੰ ਲੈ ਕੇ ਇਹ ਲੜਾਈ ਹੋਈ ਅਤੇ ਹੁਣ ਪੀੜਿਤ ਮਹਿਲਾ ਨੇ ਕਾਰਵਾਈ ਦੀ ਮੰਗ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਤੱਕ ਮਾਮਲਾ ਦਰਜ ਕਰ। ਉਹਨਾਂ ਚਿਰ ਦੇਖੋ ਇਹ ਤਸਵੀਰਾਂ ਜੋ ਲੁਧਿਆਣਾ ਦੇ ਡਾਬਾ ਇਲਾਕੇ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਗੁਆਂਢੀਆਂ ਦੀ ਝੜਪ ਹੋਈ ਹੈ। ਮੈਂ ਸ਼ਾਮ ਕੋ 7:30 ਵਜੇ ਕਾਮ ਪਰ ਸੇ ਆਈ, ਇਹਨੇ ਮੁਝੇ ਘਰ ਮੇ ਸੇ ਨਿਕਾਲ ਕੇ ਮਾਰੇ ਹੈ। ਕਹਾਂ ਕਾ ਮਾਮਲਾ ਹੈ? ਲਹਰਾਂ ਜੀ ਕੇ ਨਗਰ ਕੇ। ਤੋ ਚੌਂਕੀ ਗਏ ਆਪ? ਹਾਂ ਜੀ, ਢਾਬਾ ਥਾਣੇ ਗਏ ਥੇ। ਕਿਆ ਕਰੀਏ ਪੁਲਿਸ? ਮੈਂ ਕੁਛ ਵੀ ਨਹੀਂ ਕੀਆ। ਅਗਨਾਸਨਾ ਸਰ ਨੇ ਮੇਰੀ ਐਪਲੀਕੇਸ਼ਨ ਲਿਖੇ, ਕਹਤੇ ਕੱਲ ਆਨਾ, ਪਰਸੋਂ ਆਨਾ, ਹਮ 3-4 ਦਿਨ ਲਗਾਤਾਰ ਗਏ, ਕੁਛ ਸੁਣਵਾਈ ਨਹੀਂ ਕੀ। ਤੋ ਕਾਰਵਾਈ ਹੋਈ ਅਭੀ ਤੱਕ ਕੁਛ? ਨਹੀਂ ਜੀ, ਐਸਪੀ ਸਰ ਨੇ ਵੀ ਫੋਨ ਕੀਆ, ਕੋਈ ਕਾਰਵਾਈ ਨਹੀਂ ਹੋਈ। ਕਿਆ ਚਾਹਤੇ ਹੈ ਆਪ? ਹਮ ਚਾਹਤੇ ਹੈ ਇਨਸਾਫ ਮਿਲੇ ਸਰ। ਕੈਸੇ ਮਿਲੇ ਇਨਸਾਫ? ਇਨਸਾਫ ਜੋ ਨਾ ਢਾਬੇ ਥਾਣੇ ਵਾਲੇ ਕੋਈ ਸੁਣਵਾਈ ਨਹੀਂ ਕਰੇ, ਇਨਸਾਫ ਕੈਸੇ ਮਿਲੇਗੀ? 3 ਲੋਗੋਂ ਨੇ ਹਮੇ ਮਿਲ ਕੇ ਮਾਰਾ ਹੈ। ਕਿਨ ਕਿਨ ਲੋਗੋਂ ਨੇ ਮਾਰਾ? ਰਾਹੁਲ ਮਹਿਤਾ ਨੇ, ਉਨਕੀ ਮੰਮੀ, ਉਨਕੀ ਬਹਿਨ ਨੇ। ਹਮਾਰੇ ਪਾਸ ਵੀਡੀਓ ਵੀ ਪੜੀ, ਹਮਨੇ ਐਸਪੀ ਸਰ ਕੋ ਦਿਖਾਇਆ ਵੀ, ਐਸਪੀ ਸਰ ਨੇ ਫੋਨ ਵੀ ਕੀਏ। ਇਹ ਲੋਕ ਕਹਤੇ ਮੇਰੇ ਪਾਸ ਕੋਈ ਕੋਲ ਨਹੀਂ ਆਈ।